ਦੇਖ ਰਹੇ ਹੋ ਦੈਨੀਸਰ ਟੀ ਵੀ, ਮੈਂ ਹਾਂ ਸੰਦੀਪ ਸ਼ਰਮਾ। ਸੋ ਲੋਕ ਸਭਾ 2024 ਦਾ ਜਿਹੜਾ ਚੁਣਾਵ ਸੀ ਸਮਾਪਤ ਹੋ ਗਿਆ, ਅਤੇ ਪੰਜਾਬ ਦੀ ਗੱਲ ਕਰਕੇ ਖਾਸ ਕਰਕੇ ਲੁਧਿਆਣਾ ਦੀ ਹੌਟ ਸੀਟ ਦੇ ਵਿੱਚੋਂ ਰਵਨੀਤ ਸਿੰਘ ਬਿੱਟੂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਤੀਸਰੀ ਵਾਰ ਹੈਟ੍ਰਿਕ, ਯਾਨੀ ਕਿ ਤੀਸਰੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਹੈ। ਤਾਂ ਇਸਦਾ ਜਿਹੜਾ ਨਤੀਜਾ ਸੀ, ਜਿਹੜਾ ਇਸਦਾ ਵਾਅਦਾ ਕੀਤਾ ਸੀ ਪੰਜਾਬ ਦੇ ਲਈ, ਤੋਂ ਬਖੂਬੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਅਮਿਤ ਸ਼ਾਹ ਨੇ ਬਖੂਬੀ ਨਿਭਾਇਆ। ਤਾਂ ਲੁਧਿਆਣਾ ਤੋਂ ਹੀ ਮੈਂਬਰ ਪਾਰਲੀਮੈਂਟ ਜਿਹੜੇ ਬੀਜੇਪੀ ਦੇ ਉਮੀਦਵਾਰ ਸੀ ਰਵਨੀਤ ਸਿੰਘ ਬਿੱਟੂ ਨੂੰ ਇੱਕ ਉਹ ਪਦਵੀ, ਯਾਨੀ ਕਿ ਫੂਡ ਪ੍ਰੋਸੈਸਿੰਗ ਅਤੇ ਰੇਲਵੇ ਮੰਤਰਾਲੇ ਇੰਡਸਟਰੀ ਦਾ ਇੱਕ ਜਿਹੜਾ ਅਹੁਦਾ ਮਿਲ ਗਿਆ, ਅਤੇ ਪੰਜਾਬ ਵਾਸਤੇ ਖਾਸ ਕਰਕੇ ਲੁਧਿਆਣਾ ਵਾਸਤੇ ਇੱਕ ਮਾਣ ਦੀ ਗੱਲ ਹੈ। ਮਾਨਚੈਸਟਰ ਹੈ ਲੁਧਿਆਣਾ, ਇੰਡਸਟਰੀ 'ਤੇ ਡਿਪੈਂਡ ਕਰਦਾ ਹੈ ਪੂਰਾ, ਕਿਉਂਕਿ ਇਹਦੀ ਜਿਹੜੀ GDP ਗਰੋਥ ਹੈ ਪੰਜਾਬ ਦੀ ਲੁਧਿਆਣੇ ਤੋਂ ਹੀ ਸ਼ੁਰੂ ਹੁੰਦੀ ਹੈ, ਅਤੇ ਇੱਥੇ ਆਰਥਿਕ ਨਿਰਭਰਤਾ ਇੱਥੇ ਡਿਪੈਂਡ ਕਰਦੀ ਹੈ। ਤਾਂ ਕਿਤੇ ਨਾ ਕਿਤੇ ਰਵਨੀਤ ਸਿੰਘ ਬਿੱਟੂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਰੇਲਵੇ ਮੰਤਰਾਲੇ ਨਾਲ ਫੂਡ ਪ੍ਰੋਸੈਸਿੰਗ ਇੰਡਸਟਰੀ ਦਾ ਜਿਹੜਾ ਰਾਜ ਮੰਤਰੀ ਬਣਾਉਣ 'ਤੇ, ਜਿੱਥੇ ਪੂਰੇ ਪੰਜਾਬ ਦੇ ਨਾਲ ਲੁਧਿਆਣਾ ਵਾਜਪਾਈ ਵਿੱਚ ਖੁਸ਼ੀ ਦਾ ਮਾਹੌਲ ਹੈ, ਤਾਂ ਇਸ 'ਤੇ ਜਿਹੜਾ ਸਿੱਟ ਆਇਆ, ਜਿਹੜੀ ਮਿਹਨਤ ਕੀਤੀ ਹੈ ਲੋਕ ਸਭਾ 2024 ਲੁਧਿਆਣਾ ਵਿੱਚ, ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦੇ ਰਜਨੀਸ਼ ਧਮਾਨ ਅਤੇ ਪੂਰੀ ਟੀਮ ਨੂੰ ਜਾਂਦਾ ਕਿ ਲਗਾਤਾਰ ਉਹ ਡੇਢ ਮਹੀਨੇ ਤੋਂ ਜਿਹੜਾ ਅਣਥੱਕ ਮਿਹਨਤ ਕੀਤੀ। ਤਾਂ ਗੱਲਬਾਤ ਕਰਦੇ ਜਿਹੜਾ ਅੱਜ ਰਵਨੀਤ ਸਿੰਘ ਬਿੱਟੂ ਨੇ ਅਹੁਦਾ ਸੰਭਾਲਿਆ, ਤਾਂ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ, ਤਾਂ ਆਉਣ ਵਾਲੇ ਸਮੇਂ 'ਚ ਕੀ ਰਣਨੀਤੀ ਰਹਿਣਗੀਆਂ ਹੁਣ? ਸਭ ਤੋਂ ਪਹਿਲਾਂ ਬਹੁਤ ਵਧਾਈ ਰਵਨੀਤ ਸਿੰਘ ਬਿੱਟੂ, ਐਡਾ ਵੱਡਾ ਮੰਤਰਾਲਾ ਮਿਲਣ ਤੋਂ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਜੀ ਸੰਦੀਪ ਜੀ। ਔਰ ਦੇਸ਼ ਦੇ ਪ੍ਰਧਾਨ ਮੰਤਰੀ ਆਦਰਣੀ ਨਰਿੰਦਰ ਮੋਦੀ ਜੀ ਦਾ, ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ, ਜੋ ਲੁਧਿਆਣੇ ਦੇ ਵੋਟਰਾਂ ਦਾ, ਪੰਜਾਬ ਦੀ ਜਨਤਾ ਦਾ ਇੰਨਾ ਮਾਣ ਸਨਮਾਨ ਮੋਦੀ ਜੀ ਨੇ ਰੱਖਿਆ ਕਿ ਆਪਣੀ ਕੈਬਨਿਟ ਦੇ ਵਿੱਚ ਲੁਧਿਆਣੇ ਤੋਂ ਰਵਨੀਤ ਸਿੰਘ ਬਿੱਟੂ ਜੀ ਨੂੰ ਜਗ੍ਹਾ ਦੇ ਕੇ ਸਾਰੇ ਪੰਜਾਬ ਨੂੰ ਨਵਾਜਿਆ, ਉਹਦੇ ਲਈ ਅਸੀਂ ਮੋਦੀ ਜੀ ਦਾ ਕੋਟਿਨ ਕੋਟਿਨ ਧੰਨਵਾਦ ਕਰਦੇ ਹਾਂ। ਕੁਮਾਰ ਸਾਹਿਬ, ਤੁਹਾਨੂੰ ਉਮੀਦ ਸੀ ਵੀ ਅਗਰ ਰਵਨੀਤ ਬਿਲਕੁਲ ਪੰਜਾਬ ਦੇ ਵਿੱਚ ਕੋਈ ਭਾਜਪਾ ਨੇ ਕੋਈ ਸੀਟ ਜਿੱਤੀ, ਲੇਕਿਨ ਤੁਹਾਨੂੰ ਉਮੀਦ ਸੀ ਕਿ ਰਵਨੀਤ ਸਿੰਘ ਬਿੱਟੂ ਨੂੰ ਕੋਈ ਅਹੁਦਾ ਮਿਲ ਸਕਦਾ, ਕੀ ਤੁਹਾਡੇ ਮਨ 'ਚ ਇਹ ਖਿਆਲ ਚੱਲਦੇ ਸੀ ਕਦੇ? ਦੇਖੋ, ਇਹ ਮਨ ਦੇ ਵਿੱਚ ਕਿਆਸ ਤਾਂ ਹੁੰਦੇ ਹੀ ਆ, ਬੰਦਾ ਆਸ ਦੇ ਨਾਲ ਹੀ ਚੱਲਦਾ, ਔਰ ਸੀ ਕਿ ਜ਼ਰੂਰ ਮੋਦੀ ਜੀ ਪੰਜਾਬ ਨੂੰ, ਪੰਜਾਬ ਦੀ ਲੀਡਰਸ਼ਿਪ ਨੂੰ ਇੱਕ ਮਾਨ ਸਨਮਾਨ ਜ਼ਰੂਰ ਦੇਣਗੇ। ਉਹਨਾਂ ਨੇ ਇਹ ਮਾਨ ਸਨਮਾਨ ਦੇ ਕੇ ਸਾਡੇ ਸਾਰਿਆਂ ਦੀ ਜੋ ਮਨ ਦੀ ਇੱਛਾ ਉਹਨੂੰ ਪੂਰਾ ਕੀਤਾ। ਕਿਸ ਤਰ੍ਹਾਂ ਦੇਖਦੇ ਹੋ, ਪਿਊਸ਼ ਗੋਇਲ ਜੀ ਆਏ ਸੀ, ਨਿਰਮਲਾ ਸੀਤਾਰਮਨ ਵੀ ਲੁਧਿਆਣੇ ਆਏ ਸੀ, ਖਾਸ ਇੰਡਸਟਰੀ ਨਾਲ ਬੜੀ ਵੱਡੀ ਮੀਟਿੰਗ ਕੀਤੀ ਸੀ, ਤਾਂ ਮੌਕੇ 'ਤੇ ਤੁਸੀਂ ਮੌਜੂਦ ਸੀ। ਪਿਊਸ਼ ਗੋਇਲ ਜੀ ਨੇ ਕੁਛ ਇੰਡਸਟਰੀ ਦੀਆਂ ਮੰਗਾਂ ਮੌਕੇ 'ਤੇ ਮੰਨੀਆਂ, ਕਿ ਲੱਗਦਾ ਸੀ ਪੰਜਾਬ ਦੀ ਇੰਡਸਟਰੀ ਬਿਲਕੁਲ ਪਿਛਲੀ ਸਰਕਾਰ ਤੋਂ ਕਾਫੀ ਤ੍ਰਾਹਸ ਸੀ, ਕਾਫੀ ਖਫਾ ਸੀ, ਅਤੇ ਹੁਣ ਉਮੀਦ ਕਾਫੀ ਜਾਗੀ ਸੀ ਵੀ BJP ਦਾ ਕੋਈ ਲੁਧਿਆਣੇ ਮੰਤਰੀ ਬਣਦਾ ਤਾਂ ਉਹਨਾਂ ਦੀ ਆਸ ਜਾਗੂਗੀ ਅਤੇ ਪੰਜਾਬ ਦੀ ਇੰਡਸਟਰੀ ਬਚ ਸਕਦੀ। ਦੇਖੋ, ਜਦੋਂ ਦੇ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਆ, ਉਹਨਾਂ ਨੇ ਹਮੇਸ਼ਾ ਹਰ ਵਰਗ ਦੇ ਲਈ ਆਪਣਾ ਵਿਜ਼ਨ ਨੂੰ ਖੁੱਲ੍ਹਾ ਰੱਖਿਆ। ਕੋਈ ਵੀ ਤੁਹਾਡੇ ਕੋਲ ਐਸਾ ਸੁਝਾਅ, ਕੋਈ ਵੀ ਐਸੀ ਪਲੈਨ ਤੁਹਾਡੇ ਕੋਲ ਅਗਰ ਹੈ ਜਿਹਦੇ ਨਾਲ ਦੇਸ਼ ਦਾ ਹਿੱਤ ਪ੍ਰਭਾਵਿਤ ਨਹੀਂ ਹੁੰਦਾ ਔਰ ਜਨਤਾ ਦਾ ਹਿੱਤ ਦੇ ਲਈ ਉਹ ਫੈਸਲਾ ਸੁਖਾਵਾਂ ਹੁੰਦਾ, ਤਾਂ ਹਮੇਸ਼ਾ ਮੋਦੀ ਜੀ ਨੇ ਉਹਨੂੰ ਪ੍ਰਾਥਮਿਕਤਾ ਦਿੱਤੀ ਆ। ਤੁਸੀਂ ਇਸ ਗੱਲ ਦੀ ਜਿਵੇਂ ਹੁਣੀ ਜ਼ਿਕਰ ਕਰ ਰਹੇ ਸੀ, ਜਿਸ ਢੰਗ ਦੇ ਨਾਲ ਇੰਡਸਟਰੀਲਿਸਟਾਂ ਦੇ ਮੁੱਦਿਆਂ ਦੇ ਉੱਤੇ ਆਦਰਣੀ ਪਿਊਸ਼ ਗੋਇਲ ਜੀ ਨੇ ਮੌਕੇ ਦੇ ਉੱਤੇ ਨਿਰਣੇ ਲੈ ਕੇ ਔਰ ਇੰਡਸਟਰੀ ਨੂੰ ਬਹੁਤ ਸਾਰੀਆਂ ਰਿਲੀਫ ਦੇਣ ਦੇ ਵਿੱਚ ਯੋਗਦਾਨ ਕੀਤਾ,
ਇਹ ਪਹਿਲੀ ਵਾਰ ਨਹੀਂ ਸੀ। ਜਦੋਂ ਵੀ ਸਾਨੂੰ ਕੋਈ ਇੱਥੋਂ ਇੰਡਸਟਰੀਲਿਸਟਾਂ ਦੀ ਕੋਈ ਪ੍ਰੋਬਲਮ ਲੈ ਕੇ ਜਾਣ ਦਾ ਮੌਕਾ ਮਿਲਿਆ ਤਾਂ ਸਾਨੂੰ ਕੇਂਦਰ ਸਰਕਾਰ ਵੱਲੋਂ ਹਮੇਸ਼ਾ ਭਰਮਾ ਹੁੰਗਾਰਾ ਮਿਲਿਆ ਔਰ ਸਿਰਫ ਵਿਜ਼ਨ ਇਹ ਹੋਣਾ ਚਾਹੀਦਾ ਸੀ ਕਿ ਅਸੀਂ ਉਹਦਾ ਵਿਕਲਪ ਕੀ ਹੈ ਜਿਹਦੇ ਤੋਂ ਕੋਈ ਰਾਸ਼ਟਰ ਦਾ ਕੋਈ ਪ੍ਰੋਬਲਮ ਨਹੀਂ ਹੋ ਰਹੀ, ਦੇਸ਼ ਦੇ ਹਿੱਤ ਦੇ ਵਿੱਚ ਆ, ਰਾਸ਼ਟਰ ਦੇ ਹਿੱਤ ਦੇ ਵਿੱਚ ਆ ਔਰ ਵਪਾਰੀ ਉਹਦੇ ਨਾਲ ਖੁਸ਼ਹਾਲ ਹੋ ਰਿਹਾ, ਦੇਸ਼ ਦਾ ਰੈਵਨਿਊ ਵੀ ਵੱਧ ਰਿਹਾ, ਤਾਂ ਉਸੇ ਨਿਰਣੇ ਲੈਣ 'ਚ ਕਦੇ ਵੀ ਉਹਨਾਂ ਨੇ ਦੇਰ ਨਹੀਂ ਕੀਤੀ। ਇਹਦੇ ਲਈ ਅਸੀਂ ਲਗਾਤਾਰ ਇਹ ਚੀਜ਼ ਨੂੰ ਦੇਖਦੇ ਆ ਰਹੇ ਸੀ ਔਰ ਇਹਦੇ ਲਈ ਬੜੇ ਧੰਨਵਾਦੀ ਵੀ ਹਾਂ। ਸਾਡੇ ਤੋਂ ਬੜੀ ਅੰਥਕ ਮਿਹਨਤ ਕੀਤੀ, ਤੁਸੀਂ ਖੁਦ ਤੁਸੀਂ ਕਮਾਂਡ ਸੰਭਾਲੀ ਸੀ, ਖੁਦ ਸਾਪਲਾ ਸਾਹਿਬ ਵੀ ਮੌਜੂਦ ਸੀ, ਠੀਕ ਹੈ ਜੀ, ਵੱਡੀ ਵੱਡੀ ਸਮੂਹ ਲੀਡਰਸ਼ਿਪ ਆਈ ਕਿ ਬੇਸ਼ੱਕ ਸ਼ਹਿਰ ਵੀ ਤੁਸੀਂ ਕਾਫੀ ਵੋਟ ਵਾਲਾ ਕਾਫੀ ਵੋਟ ਬੈਂਕ ਵਧਿਆ, ਲੇਕਿਨ ਕੀ ਕਿੱਥੇ ਤੁਸੀਂ ਮਾਰ ਖਾਧੀ ਹੈ, ਕੀ ਲੱਗ ਰਿਹਾ ਜਿੱਦਾਂ ਇਲਾਕੇ ਜਿਹੜੇ ਕਿਸ ਇਲਾਕੇ ਸੀ, ਜਿੱਦਾਂ ਮੁੱਲਾਪ ਹੋ ਗਿਆ, ਦਾਖਾ ਹੋ ਗਿਆ, ਜਗਰਾਓਂ, ਕੀ ਲੱਗ ਰਿਹਾ ਇੱਥੇ ਆਪਾਂ ਮਿਹਨਤ ਕੀਤੀ ਜਾਂ ਕੀ ਸਿੱਟਾ ਰਹੇ? ਦੇਖੋ ਮਿਹਨਤ ਹਰ ਜਗ੍ਹਾ ਹੁੰਦੀ ਆ, ਕਾਰਿਆਕਰਤਾ ਛੋਟੇ ਤੋਂ ਛੋਟਾ ਬੂਸਤਰ ਦਾ ਇੱਕ ਵੋਟਰ, ਉਹਨਾਂ ਦੇ ਮਨ ਦੇ ਵਿੱਚ ਇੱਕ ਇੱਛਾ ਸੀ ਕਿ ਇਸ ਵਾਰ ਬਦਲਾਅ ਲੈ ਕੇ ਆਉਣਾ ਔਰ ਮੋਦੀ ਜੀ ਦੀ ਰਹਿਨੁਮਾਈ ਦੇ ਵਿੱਚ ਆਪਣਾ ਨੁਮਾਇੰਦਾ ਦੇਣਾ। ਸੋ ਇਸ ਗੱਲ ਨੂੰ ਧਿਆਨ 'ਚ ਰੱਖਦੇ ਹੁਣ ਲੁਧਿਆਣੇ ਦੇ ਵਿੱਚ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਮੀਟਿੰਗਸ ਹੋਈਆਂ, ਸਾਡੇ ਕੈਂਡੀਡੇਟ ਰਵਨੀਤ ਬਿੱਟੂ ਜੀ ਦੀ ਪਹੁੰਚ ਹੋਈ, ਉਹਨਾਂ ਸਾਰੇ ਇਲਾਕਿਆਂ 'ਚੋਂ ਸਾਨੂੰ ਭਰਮਾ ਹੁੰਗਾਰਾ ਮਿਲਿਆ। ਜਿੱਥੇ ਤੁਸੀਂ ਗੱਲ ਕੀਤੀ ਮੁੱਲਾਪੁਰ, ਦਾਖਾ ਜਾਂ ਜਗਰਾਓਂ ਇਹਨਾਂ ਹਲਕਿਆਂ ਦੀ, ਤਾਂ ਇਹ ਪਹਿਲੀ ਵਾਰੀ ਡੈਮੋਕ੍ਰੇਸੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਇੱਕ ਐਸਾ ਪੜਾਓ ਆ ਗਿਆ ਕਿ ਇੱਕ ਕੈਂਡੀਡੇਟ ਨੂੰ ਆਪਣਾ ਪਕਸ਼ ਰੱਖਣ ਲਈ ਉੱਥੇ ਤੱਕ ਪਹੁੰਚਣ ਦੇ ਲਈ ਰਸਤੇ ਦੇ ਵਿੱਚ ਰੁਕਾਵਟਾਂ ਪੈਦਾ ਕੀਤੀਆਂ ਗਈਆਂ ਔਰ ਰੁਕਾਵਟਾਂ ਵੀ ਉਹਨਾਂ ਲੋਕਾਂ ਵੱਲੋਂ ਜੋ ਬਾਕੀ ਪੋਲੀਟੀਕਲ ਪਾਰਟੀਆਂ ਦੇ ਕਿਤੇ ਨਾ ਕਿਤੇ ਨਾਲ ਉਹਨਾਂ ਦੀ ਕੰਪੇਨਿੰਗ 'ਚ ਹਿੱਸਾ ਲੈ ਰਹੇ ਸੀਗੇ। ਐਸੇ ਲੋਕ ਜਿਹੜੇ ਦੂਸਰੀਆਂ ਪਾਰਟੀਆਂ ਦੀਆਂ ਮੀਟਿੰਗਾਂ 'ਚ ਬੈਠੇ ਹੁੰਦੇ ਸੀ, ਲੇਕਿਨ ਜਦੋਂ ਭਾਰਤੀ ਜਨਤਾ ਪਾਰਟੀ ਦਾ ਨੁਮਾਇੰਦਾ ਜਾਂਦਾ ਸੀ ਤਾਂ ਉੱਥੇ ਕਿਸੇ ਨਾ ਕਿਸੇ ਰੂਪ 'ਚ ਕਿਸਾਨ ਆਗੂ ਬਣ ਕੇ ਆਪਣੇ ਆਪ ਨੂੰ ਪੇਸ਼ ਕਰਦੇ ਸੀ। ਇਹ ਬੜੀ ਇੱਕ ਤਰਾਸਦੀ ਨਜ਼ਰ ਆਈ ਆ ਔਰ ਭਾਰਤੀ ਜਨਤਾ ਪਾਰਟੀ ਨੂੰ ਆਪਣਾ ਪਕਸ਼ ਰੱਖਣ ਦੇ ਲਈ ਪਿੰਡਾਂ 'ਚ ਜਾਣ ਤੋਂ ਰੋਕਿਆ ਗਿਆ। ਇਹ ਡੈਮੋਕ੍ਰੇਸੀ ਦੇ ਉੱਤੇ ਬਹੁਤ ਵੱਡਾ ਘਾਣ ਹੈ। ਅਦਰਵਾਈਜ਼ ਇਹ ਜਿਹੜੇ ਦਿਹਾਤ ਦੇ ਪਿੰਡਾਂ ਦੇ ਵੀ ਚੁਣਾਵ ਹੋ ਜਾਂਦੇ ਤਾਂ ਤੁਹਾਨੂੰ ਨਤੀਜਾ ਦੇਖਣ ਨੂੰ ਹੋਰ ਵੱਡਾ ਮਿਲਦਾ। ਇਹ ਮੌਕੇ ਦੀ ਸਰਕਾਰ ਦੇ ਉੱਤੇ ਇੱਕ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਆ। ਤੁਸੀਂ ਗੱਲ ਕੀਤੀ ਵੀ ਬੇਸ਼ੱਕ ਵਿਰੋਧੀ ਪਾਰਟੀਆਂ ਵੱਲੋਂ ਕਿਸਾਨ ਆਗੂ ਬਣ ਕੇ, ਯਾਨੀ ਕਿ ਉਹਨਾਂ ਸ਼ਕਲ ਦੇ ਬਣ ਕੇ ਸਾਹਮਣੇ ਆਏ, ਤੁਹਾਡੇ ਪ੍ਰਚਾਰ ਰੁਕਿਆ, ਇਹੀ ਗੱਲ ਬਿੱਟੂ ਜੀ ਨੇ ਵੀ ਕਹੀ ਸੀ, ਮੈਨੂੰ ਪ੍ਰਚਾਰ ਲਈ ਰੁਕਿਆ ਗਿਆ, ਚਾਹੇ ਮੁੱਲਾਪੁਰ ਹੋਵੇ, ਦਾਖਾ ਹੋਵੇ, ਜਗਰਾਂ ਹੋਵੇ, ਤਾਂ ਇਹੀ ਕਾਰਨ ਸੀ ਅਸੀਂ ਕੁਛ ਥੋੜ੍ਹੀ ਮਾਰ ਖਾਧੀ ਹੈ। ਕੀ ਮੰਨਦੇ ਹੋ ਵੀ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਪ੍ਰਤੀ ਬਿਲਕੁਲ ਹਿਤੈਸ਼ੀ ਹੈ ਔਰ ਆਉਣ ਵਾਲੇ ਸਮੇਂ 'ਚ ਕਾਫੀ ਕੁਛ ਉਹਨਾਂ ਨੇ ਅਨਾਊਂਸ ਵੀ ਕੀਤਾ ਸੀ, ਚਾਹੇ ਉਹ 7,48,00,000 ਦੇ ਕ੍ਰੈਡਿਟ ਕਾਰਡ ਦਿੱਤੇ ਗਏ ਆ, ਇਸ ਤੋਂ ਇਲਾਵਾ 9,00,000 ਤੋਂ ਵੱਧ ਜਿਹੜਾ ਉਹਨਾਂ ਨੇ ਲੋਨ ਦੀ ਸੁਵਿਧਾ ਦਿੱਤੀ ਹੈ, 9,00,000 ਕਰੋੜ ਤੋਂ ਵੱਧ, ਫਿਰ ਇਸ ਦੇ ਬਾਵਜੂਦ ਕੀ ਕਿਸਾਨ ਵਿਰੋਧ ਕਰਨਾ ਜਾਇਜ਼ ਸੀ ਕਿ ਨਹੀਂ? ਦੇਖੋ ਜ਼ਰੂਰਤਾਂ ਸਭ ਦੀਆਂ ਹੁੰਦੀਆਂ ਨੇ, ਉਹਨਾਂ ਦੇ ਜੋ ਪਕਸ਼ ਨੇ, ਅੰਦੋਲਨ ਕਰਨਾ, ਆਪਣੀ ਮੰਗ ਰੱਖਣਾ ਡੈਮੋਕ੍ਰੇਸੀ ਸਭ ਦਾ ਅਧਿਕਾਰ ਹੈ ਔਰ ਉਹਨਾਂ ਨੂੰ ਕਰਨਾ ਚਾਹੀਦਾ ਔਰ ਸਰਕਾਰਾਂ ਇਹਨਾਂ ਚੀਜ਼ਾਂ ਦੇ ਹੱਲ ਦੇ ਲਈ, ਸਲੂਸ਼ਨ ਦੇ ਲਈ ਉਹ ਬਣਦੀਆਂ ਨੇ। ਡੈਮੋਕ੍ਰੇਸੀ 'ਚੋਂ ਜਿਹੜੇ ਨੁਮਾਇੰਦੇ ਚੁਣੇ ਜਾਂਦੇ ਆ ਉਹਨਾਂ ਦਾ ਫਰਜ਼ ਆ ਕਿ ਜਨ ਹਿੱਤ ਦੀ ਆਵਾਜ਼ ਨੂੰ ਉੱਪਰ ਤੱਕ ਪਹੁੰਚਾਉਣਾ, ਉਹਨਾਂ ਦੇ ਹਿੱਤ ਦੇ ਫੈਸਲੇ ਲੈਣਾ। ਜਿਵੇਂ ਆਪਾਂ ਪਹਿਲਾਂ ਵਪਾਰੀਆਂ ਬਾਰੇ ਆਪਾਂ ਡਿਸਕਸ ਕੀਤਾ, ਇੱਦਾਂ ਹੀ ਕਿਸਾਨਾਂ ਦੀ ਗੱਲ ਹੈ। ਤੁਸੀਂ ਦੇਖੋ ਜਿਵੇਂ ਤੁਸੀਂ
ਕੁਛ ਮੁੱਦੇ ਗਿਣਾਏ, ਮੈਂ ਰਿਪੀਟ ਨਹੀਂ ਕਰਦਾ। ਲੇਕਿਨ ਮੋਦੀ ਜੀ ਨੇ ਸਹੁੰ ਚੱਕਣ ਤੋਂ ਬਾਅਦ ਕੀ ਕੀਤਾ? ਸਭ ਤੋਂ ਪਹਿਲਾਂ 20,000 ਕਰੋੜ ਰੁਪਏ ਦੀ ਗ੍ਰਾਂਟ ਕਿਸਾਨਾਂ ਨੂੰ, 9.5 ਕਰੋੜ ਸਿੱਧੇ ਸਿੱਧੇ ਕਿਸਾਨ ਪਰਿਵਾਰਾਂ ਨੂੰ, ਸਾਡੇ ਉਹਨਾਂ ਵੀਰਾਂ ਨੂੰ ਪ੍ਰਭਾਵਿਤ ਜਿਹੜੇ ਹੋ ਰਹੇ ਨੇ ਇਸ ਨੂੰ, ਉਹਨਾਂ ਦੇ ਹਿੱਤ ਦੇ ਵਿੱਚ 20,000 ਕਰੋੜ ਦੀ ਗ੍ਰਾਂਟ ਜਾਰੀ ਕੀਤੀ। ਇਹ ਗੱਲਾਂ ਸਾਬਤ ਕਰਦੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਔਰ ਮੋਦੀ ਜੀ ਕੋਈ ਵੀ ਮਨ 'ਚ ਦਵੇਸ਼ ਭਾਵਨਾ ਲੈ ਕੇ ਕਦੀ ਕੰਮ ਨਹੀਂ ਕਰ ਰਹੇ। ਬੜਾ ਉਹਨਾਂ ਦਾ ਵਿਜ਼ਨ ਆ ਕਿ ਮੇਰੇ ਦੇਸ਼ ਦਾ ਹਰੇਕ, ਚਾਹੇ ਉਹ ਕਿਸਾਨ ਆ, ਚਾਹੇ ਮਜ਼ਦੂਰ ਆ, ਚਾਹੇ ਵਪਾਰੀ ਆ, ਚਾਹੇ ਨੌਕਰੀ ਪੇਸ਼ਾ, ਚਾਹੇ ਇੰਡਸਟਰੀਲਿਸਟ ਆ, ਹਰੇਕ ਵਧੇ ਫੁੱਲੇ ਔਰ ਆਪਣੇ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਵੇ। ਸਰਕਾਰਾਂ ਉਹਨਾਂ ਦੇ ਲਈ ਕੰਮ ਕਰਦੀਆਂ ਰਹਿਣ। ਲਾਸਟ ਸਵਾਲ ਹੈ ਰਵਿੰਦਰ ਬਿੱਟੂ ਜੀ ਨੂੰ, ਬੜੀ ਇੱਕ ਮਾਣ ਦੀ ਗੱਲ ਹੈ ਪੰਜਾਬ, ਖਾਸ ਕਰ ਲੁਧਿਆਣਾ ਵਾਸਤੇ ਰਾਜ ਮੰਤਰੀ ਅਹੁਦਾ ਮਿਲਿਆ ਕੇਂਦਰ ਸਰਕਾਰ ਦੇ ਵਿੱਚ, ਔਰ ਬਿੱਟੂ ਜੀ ਨੇ ਆਪਣਾ ਅਹੁਦਾ ਸੰਭਾਲਦੇ ਇੱਕ ਗੱਲਬਾਤ ਕਹੀ ਹੈ ਵੀ ਹੁਣ ਕਿਸੇ ਨੂੰ ਸ਼ਿਕਾਇਤ ਹੈ, ਚਾਹੇ ਉਹ ਮੇਰੇ ਕਿਸਾਨ, ਮੇਰੇ ਆਪਣੇ ਭਰਾ, ਮੈਨੂੰ ਪਰਸਨਲ ਮਿਲਣ ਆ ਕੇ ਮੈਂ ਉਹਨਾਂ ਦੀ ਹਰ ਮਸਲੇ ਨੂੰ ਹੱਲ ਕਰਵਾਊਂਗਾ, ਚਾਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਾਲ ਜਾਣਾ, ਮੈਂ ਨਾਲ ਜਾਊਂਗਾ। ਇਸ ਤੋਂ ਇਲਾਵਾ ਕੋਈ ਪਰਸਨਲ ਮੈਨੂੰ ਕੋਈ ਪੋਲੀਟੀਕਲ ਕਿਸੇ ਨਾਲ ਮੇਰੀ ਰੰਜਿਸ਼ ਹੈਗੀ ਉਹ ਮੇਰੇ ਨਾਲ ਮਿਲੇ, ਮੈਂ ਬੈਠ ਕੇ ਉਹਦਾ ਵੀ ਸਮੱਸਿਆ ਦਾ ਹੱਲ ਕਰੂੰਗਾ। ਲੱਗ ਰਿਹਾ ਵੀ ਰਮਨੀਤ ਸਿੰਘ ਬਿੱਟੂ ਹੁਣ ਆਉਣ ਵਾਲੇ ਸਮੇਂ ਦੇ ਪੰਜਾਬ ਦੇ ਨਾਲ ਲੁਧਿਆਣੇ ਵੀ ਨੁਹਾਰ ਬਦਲ ਸਕਦੇ ਹੋ? ਬਿਲਕੁਲ ਜੀ, ਬਿਲਕੁਲ ਬਦਲੀ ਵੀ ਜਾਏਗੀ। ਔਰ ਜਿਹੜੇ ਕੋਈ ਭੈਣ ਭਰਾ ਭੁੱਲੇ ਭਟਕੇ, ਕੋਈ ਗਲਤ ਲੱਗਦਾ ਵੀ ਉਹਨਾਂ ਰਸਤਾ ਅਖਤਿਆਰ ਕਰ ਰਹੇ ਨੇ, ਬਿੱਟੂ ਜੀ ਨੇ ਉਹਨਾਂ ਨੂੰ ਅਪੀਲ ਕੀਤੀ ਆ, ਮੈਂ ਵੀ ਅਪੀਲ ਕਰਦਾ ਵੀ ਆਓ ਬੈਠੋ, ਜਿਹੜੇ ਮੁੱਦੇ ਨੇ, ਜਿਹੜੇ ਮੁੱਦੇ ਦੇ ਉੱਤੇ ਗੱਲ ਹੋ ਸਕਦੀ ਹੈ, ਜਿਨ੍ਹਾਂ ਦਾ ਸਲੂਸ਼ਨ ਹੋ ਸਕਦਾ, ਉਹ ਕਰਨਾ ਚਾਹੀਦਾ। ਔਰ ਬਿੱਟੂ ਜੀ ਉਹਦੇ ਵਿੱਚ ਮੀਡੀਏਟਰ ਬਣ ਕੇ ਪੰਜਾਬ ਦੀ ਹਰ ਛੋਟੀ ਤੋਂ ਲੈ ਕੇ ਵੱਡੀ ਸਮੱਸਿਆ ਤੱਕ, ਉਹ ਕਿਸੇ ਵੀ ਖੇਤਰ ਦੀ ਹੋਵੇ, ਉਹਨੂੰ ਮੋਦੀ ਜੀ ਤੱਕ ਪਹੁੰਚ ਕਰਕੇ ਉਹਦਾ ਹੱਲ ਕਰਾਉਣ ਦੇ ਵਿੱਚ ਬਹੁਤ ਵਧੀਆ ਯੋਗਦਾਨ ਪਾਉਣਗੇ। ਔਰ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇਹ ਸਾਰੇ ਹਾਲਾਤ ਬਦਲੇ ਹੋਏ ਨਜ਼ਰ ਆਉਣਗੇ। ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਜ਼ਿਲ੍ਹਾ ਲੁਧਿਆਣਾ ਦੇ BJP ਦੇ ਪ੍ਰਧਾਨ ਰਜਨੀਸ਼ ਤਮਾਨੂ ਦਾਸ ਜੀ ਕਿ ਰਮਨੀਤ ਸਿੰਘ ਬਿੱਟੂ ਨੂੰ ਅੱਜ ਜਿਹੜਾ ਅੱਜ ਉਹਨਾਂ ਨੇ ਆਪਣਾ ਪਦ ਗ੍ਰਹਿਣ ਕੀਤਾ ਹੈਗਾ ਰੇਲਵੇ ਮੰਤਰਾਲੇ ਦੇ ਨਾਲ, ਜਿਹੜਾ ਫੂਡ ਪ੍ਰੋਸੈਸਿੰਗ ਇੰਡਸਟਰੀ ਉਹਨਾਂ ਨੂੰ ਇੱਕ ਬਹੁਤ ਵੱਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਕਿ ਜ਼ਿੰਮੇਵਾਰੀ ਦਿੱਤੀ, ਜਿਹੜਾ ਵਾਅਦਾ ਕੀਤਾ ਸੀ ਬਗੈਰਾ ਬਖੂਬੀ ਨਿਭਾਇਆ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਕਰਕੇ ਲੁਧਿਆਣਾ ਦੀ ਇੰਡਸਟਰੀ ਵਾਸਤੇ ਇੱਕ ਇਹ ਉਹ ਪਹਿਲਾ ਸਟੈਪ ਹੈ ਪੌੜੀ ਦਾ, ਜਿਹੜਾ ਹੁਣ ਪੰਜਾਬ ਦੇ ਨਾਲ ਲੁਧਿਆਣੇ ਦੀ ਨਿਹਾਰ ਬਦਲੂਗਾ। ਇਸ ਦੇ ਨਾਲ ਹੀ ਅਗਰ ਕਿਸੇ ਕਿਸਾਨ ਵੀਰ ਨੂੰ ਕੋਈ ਸ਼ਿਕਾਇਤ ਆ, ਰਮਨੀਤ ਸਿੰਘ ਬਿੱਟੂ ਕਹਿੰਦੇ ਮੈਂ ਬਿਲਕੁਲ ਉਹਨਾਂ ਨਾਲ ਖੜ੍ਹਾ ਹਾਂ, ਕੋਈ ਵੀ ਸਮੱਸਿਆ ਹੋਊਗੀ ਨਾਲ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਉਹਨਾਂ ਨਾਲ ਹੱਲ ਕਰਾਊਂਗਾ। ਤਾਂ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਦੇ ਜਿਹੜੇ ਕਿਸਾਨ ਹਿਤੈਸ਼ੀ ਜਿਹੜੀ ਗੱਲ ਕਹੀ ਜਾਂਦੀ ਸੀ ਉਹ ਬਗੈਰਾ ਪੂਰੀ ਹੋਊਗੀ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਨੁਹਾਰ ਹੁਣ ਜ਼ਰੂਰ ਬਦਲ ਗਈ, ਕਿਉਂਕਿ ਪੰਜਾਬ ਦਾ ਹੀ ਪੁੱਤ ਰਮਨੀਤ ਸਿੰਘ ਬਿੱਟੂ ਹੁਣ ਇੱਕ ਬਹੁਤ ਵੱਡਾ ਕੇਂਦਰ ਦੇ ਵਿੱਚ ਮੰਤਰੀ ਬਣਾਉਣ ਦੇ ਨਾਲ ਇੱਕ ਲੁਧਿਆਣਾ ਇੰਡਸਟਰੀ ਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਇੱਕ ਫਾਇਦਾ ਹੋਵੇਗਾ। ਕੈਮਰਾਮੈਨ ਬੋਬੀ ਨਾਲ ਸੰਦੀਪ ਸ਼ਰਮਾ, ਡੈਲੀ ਫੇਅਰ ਟੀਵੀ, ਲੁਧਿਆਣਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।